ਯਾਰ ਗੱਲ ਇਹ ਹੈ ਕਿ ਇੱਕ ਮੈਂ ਗੱਲ ਸੁਣੀ ਆ ਬੜੀ ਦੇਰ ਦੀ, ਬੜੀ ਸੁਣਦੇ ਆਏ ਹਾਂ, ਹੁਣ ਤੱਕ ਸੁਣਦੇ ਆਏ ਹਾਂ, ਵੀ ਨਸਲੀ ਯਾਰ ਬਣਾਉਣਾ ਚਾਹੀਦਾ, ਨਸਲੀ ਬੰਦਾ ਹੋਣਾ ਚਾਹੀਦਾ। ਦਰੁਸਤ ਆ, ਇਹ 'ਚ ਕੋਈ ਸ਼ੱਕ ਨਹੀਂ, ਹਾਂ ਨਸਲੀ ਚਾਹੀਦਾ ਬੰਦਾ, ਲੇਕਿਨ ਨਸਲੀ ਦਾ ਪਤਾ ਕਿੱਦਾਂ ਲੱਗੇ? ਸਿਆਣੇ ਕਹਿੰਦੇ ਆ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਜਿੰਨਾ ਚਿਰ ਕੋਈ ਰਿਸ਼ਤੇਦਾਰੀ ਤੁਸੀਂ ਕਰਨੀ ਹੈ, ਕੋਈ ਯਾਰ ਬਣਾਉਣਾ, ਕੋਈ ਦੋਸਤ ਬਣਾਉਣਾ, ਕਿਸੇ ਨਾਲ ਮਿਲਣਾ, ਉੱਠਣਾ ਬੈਠਣਾ, ਜਿੰਨਾ ਚਿਰ ਮਿਲ ਵਰਤ ਨਹੀਂ ਨਾ ਲੈਂਦੇ, ਨਸਲ ਕ ਨਸਲ ਦਾ ਪਤਾ ਨਹੀਂ ਲੱਗਦਾ। ਨਸਲ ਦਾ ਪਤਾ ਕਦੋਂ ਲੱਗਦਾ? ਇੱਕ ਬੰਦਾ 20 ਸਾਲ ਉਹਦੀ ਯਾਰੀ ਆ, ਮਿਸਾਲ ਆ ਕਿਸੇ ਦੇ ਨਾਲ, ਉਹਨੂੰ 20 ਸਾਲ ਨਹੀਂ ਪਤਾ ਲੱਗਿਆ, 20 ਸਾਲ ਬਾਅਦ ਉਹਨੂੰ ਕੰਮ ਪੈ ਗਿਆ। ਜਦੋਂ ਪੈਂਦਾ ਨਾ ਕੰਮ, ਨਸਲ ਕ ਨਸਲ ਦਾ ਫਰਕ ਪਤਾ ਲੱਗਦਾ, ਨਸਲੀ ਕਿਹੜਾ ਅਤੇ ਕਨਸਲੀ ਕਿਹੜਾ। ਜਿਹੜਾ ਬੰਦਾ ਤੁਹਾਨੂੰ ਤੁਹਾਡੇ ਮਜਬੂਰੀ ਦੇ ਵਕਤ ਕੰਮ ਆ ਜਾਵੇ, ਖੜਾ ਹੋ ਜਾਵੇ, ਜਿੱਦਾਂ ਦਾ ਵੀ ਹੈ, ਜਿੰਨਾ ਵੀ ਜੋ ਕੰਮ ਚ, ਉਹ ਬੰਦਾ ਨਸਲੀ। ਅਤੇ ਜਿਹੜਾ ਬੰਦਾ ਮਜਬੂਰੀ ਦੇ ਵਕਤ, ਔਖੇ ਵਕਤ, ਮੁਸ਼ਕਲ ਵਕਤ ਦੇ ਵਿੱਚ ਤੁਹਾਡੇ ਤੋਂ ਅੱਖਾਂ ਚੁਰਾਵੇ ਨਾ, ਤੁਸੀਂ ਸਮਝ ਲੈਣਾ, ਬੇਸ਼ੱਕ ਉਹ ਬਹੁਤ ਅਮੀਰ ਹੋਊਗਾ, ਆਪਣੀਆਂ ਗੱਡੀਆਂ, ਕੋਠੀਆਂ, ਕਾਰਾਂ, ਜੋ ਵੀ ਪੈਸਾ ਹੋਵੇ, ਪਰ ਜਿਹੜਾ ਅੱਖ ਚੁਰਾਉਣ ਲੱਗ ਜਾਵੇ ਨਾ ਮੁਸ਼ਕਲ ਦੇ ਟਾਈਮ ਤੁਹਾਡੇ ਕੋਲ, ਸਮਝ ਲਓ ਬੰਦਾ ਕਨਸਲ ਆ, ਨਸਲੀ ਨਹੀਂ ਹੈਗਾ। ਅਤੇ ਬਾਸ਼ਣ ਨਸਲੀ ਬੰਦੇ ਬੜੇ ਮੁਸ਼ਕਲ ਲੱਭਦੇ ਨੇ, ਨਸਲੀ ਤਾਂ ਜਾਨਵਰ ਨਹੀਂ ਲੱਭਦੇ, ਆਪਾਂ ਤਾਂ ਬੰਦਿਆਂ ਦੀ ਗੱਲ ਕਰਦੇ, ਨਸਲੀ ਜਾਨਵਰ ਨਹੀਂ ਲੱਭਦੇ। ਕਿਸੇ ਨੇ ਕਾਂ ਮੱਝ ਲੈਣੀ ਹੋਵੇ ਨਾ, ਬੱਛਾ ਲੈਣਾ ਹੋਵੇ, ਘਰ ਦੇ ਲਾਜ਼ਮੀ ਬਜ਼ੁਰਗ ਤੁਰਦੇ ਨੂੰ ਇਹ ਗੱਲ ਕਹਿਣਗੇ, ਯਾਰ ਪਰ ਨਸਲੀ ਦੇ, ਨਸਲ ਦਾ ਐਡਾ ਫਰਕ ਆ, ਅਤੇ ਨਸਲਾਂ ਅੱਜ ਬਹੁਤ ਨਾਯਾਬ ਹੋ ਗਈਆਂ, ਨਸਲਾਂ ਨਹੀਂ ਉਹ ਲੱਭਦੀਆਂ। ਅਗਰ ਤੁਹਾਨੂੰ ਕੋਈ ਨਸਲੀ ਜਾਵੇ ਮਿਲ ਬੰਦਾ, ਤਾਂ ਸ਼ੁਕਰ ਅਦਾ ਰੱਬ ਦਾ ਕਰਿਓ, ਨਫਲ ਪੜਿਓ ਕਿ ਮੈਨੂੰ ਕੋਈ ਨਸਲੀ ਬੰਦਾ ਮਿਲਿਆ, ਅੱਲਾਹ ਤਾਲਾ ਤੇਰਾ ਸ਼ੁਕਰ ਆ। ਨਸਲੀ ਦੋਸਤ ਇੱਕ ਵੀ ਮਿਲ ਜਾਵੇ, ਹਜ਼ਰਤ ਅਲੀ ਨੇ ਫਰਮਾਇਆ ਸਭ ਤੋਂ ਵੱਡੀ ਦੌਲਤ ਆ ਤੁਹਾਡੇ ਕੋਲ, ਅਗਰ ਤੁਹਾਨੂੰ ਇੱਕ ਵੀ ਅੱਛਾ ਦੋਸਤ ਮਿਲ ਜਾਵੇ। ਅੱਛੇ ਦੋਸਤ ਦਾ ਮਤਲਬ ਨਸਲੀ ਬੰਦਾ, ਨਸਲ ਕ ਨਸਲ ਦਾ ਇੰਨਾ ਫਰਕ ਆ। ਨਸਲ ਦਾ ਪਤਾ ਲੱਗਦਾ ਜਦੋਂ ਤੋਂ ਬੰਦੇ ਨਾਲ ਕੰਮ ਪੈਂਦਾ, ਪਹਿਲਾਂ ਨਹੀਂ ਕੋਈ ਦੱਸਦਾ ਕਿ ਮੇਰੀ ਨਸਲ ਕੀ ਆ, ਕੰਮ ਪਵੇ ਤਾਂ ਪਤਾ ਲੱਗਣਾ ਹੈ ਭੱਜਦਾ ਜਾਂ ਠਹਿਰਦਾ ਜਾਂ ਤੁਹਾਡਾ ਸਾਥ ਦਿੰਦਾ, ਕੋਈ ਗੱਲ ਹੋਣੀ ਹੈ ਜਾਂ ਭੱਜ ਜਾਣਾ ਉਹਨੇ ਜਾਂ ਸਾਥ ਦੇਣਾ, ਜੇ ਤਾਂ ਸਾਥ ਦੇ ਗਿਆ ਫਿਰ ਨਸਲੀ ਆ, ਜੇ ਨਹੀਂ ਦਿੱਤਾ ਫਿਰ ਕਨਸਲ ਤਾਂ ਹੈ ਹੀ ਆ ਵੱਟ।